मैं कुलवंत सिंह ढिल्लों पंजाब फोकस चैनल तो देख रहे दर्शकों का बहुत बहुत धन्यवाद करता हाँ। तो इस वक्त असी पिंड नाथपुर जिहड़ा कि डिस्ट्रिक्ट गुरदासपुर का पिंड है असी वो पिंड दे विच बैठे हाँ। आप उतों की जिहड़ी कि एक बस्ती बस्ती विश्वकर्मा उत्थे असी उतों के सरपंच साहब के निवास स्थान पर बैठे हाँ। तो असी उन्हां नाल गलबात करांगे सरपंच साहब नाल कि जिहड़ी कि ये करोना महामारी चल रही है उहदे संबंधित कि उन्हां दे पिंड च किन्ने कैसे व्यक्ति आए कि जिहड़े उन्हां क्वारंटाइन कराए हुण। उस तों इलावा कि लॉकडाउन दे दौरान जिहड़ियां स्कीमां आईआं सी चाहे पंजाब गौरमेंट दीआं चाहे सेंटर गौरमेंट दीआं उस दौरान भी आपां इहनां नाल गलबात करांगे। तो उस तों इलावा जिहड़ी कि साडे पंजाब दे मुख्यमंत्री कैप्टन अमरिंदर सिंह जी ने एक ऐलान कीता सी कि स्मार्ट स्कूल ते स्मार्ट सिटी ते स्मार्ट विलेज होणगे ते उस संबंधित भी आपां इहनां नाल गलबात करांगे। ते आओ जी हुण गलबात करदे आं आपां अपना सरपंच साहब जी दे नाल बस्ती विश्वकर्मा दे ए सरपंच ने ते इहनां नाल गलबात करदे आं। हाँ जी सरपंच साहब तुसीं सब तों पहलां ते अपने पिंड वासियां नूं की कहना चाहोगे? मैं पिंड वासियां दा बहुत बहुत धन्नवाद करदा जिन्हां ने मैनूं सरपंच चुणिया। ठीक है जी। ते सरपंच साहब अपना ਜਦੋਂ ਕਿ ਆਪਣੇ ਆਹ ਜਿਹੜੀ ਕਰੋਨਾ ਮਹਾਂਮਾਰੀ ਪੂਰੇ ਸੰਸਾਰ 'ਚ ਚੱਲ ਰਹੀ ਆ ਅਤੇ ਜਦੋਂ ਲੋਕਡਾਊਨ ਲੱਗਿਆ ਸੀ ਆਪਣੇ ਉਹ ਲੋਕਡਾਊਨ ਦੇ ਵਿੱਚ ਆਪਣੇ ਪਿੰਡ 'ਚ ਕਿੰਨੇ ਕੈਸੇ ਵਿਅਕਤੀ ਆਏ ਆ ਕਿ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਕਿ ਜਿਹੜੇ ਤੁਸੀਂ ਮੰਨ ਲਓ ਕੁਆਰੰਟਾਈਨ ਕਰਾਏ ਹੁਣ ਚਾਹੇ ਹੋਮ ਚਾਹੇ ਸਿਟੀ ਚਾਹੇ ਕਿਸੇ ਹੋਸਪਿਟਲ? ਅੱਛਾ, ਮਤਲਬ ਇੱਕ ਦੋ ਦਿਨ ਬਟਾਲੇ ਰੱਖਿਆ ਫਿਰ ਘਰ ਭੇਜਤਾ ਅਤੇ ਫਿਰ ਕਰੇ ਰਹੇ ਕੁਆਰੰਟਾਈਨ ਅਤੇ ਇਸ ਵਕਤ ਸਾਰੇ ਠੀਕ ਠਾਕ ਨੇ? ਠੀਕ ਠਾਕ ਹੈ। ਠੀਕ ਠਾਕ ਹੈ। ਠੀਕ ਹੈ ਜੀ। ਅਤੇ ਸਰ ਜਿਹੜੀਆਂ ਸਕੀਮਾਂ ਆਈਆਂ ਸੀ ਉਸ ਵਕਤ ਚਾਹੇ ਪੰਜਾਬ ਗੌਰਮੈਂਟ ਦੀਆਂ ਚਾਹੇ ਸੈਂਟਰ ਗੌਰਮੈਂਟ ਦੀਆਂ ਕਿ ਜਿੱਦਾਂ ਸੈਂਟਰ ਗੌਰਮੈਂਟ ਦੀ 5 ਕਿਲੋ ਸਕੀਮ ਆਈ ਸੀ ਅਨਾਜ ਦੀ ਕਿ 5 ਕਿਲੋ ਅਨਾਜ ਲੋੜਵੰਦ ਪਰਿਵਾਰ ਦੇ ਹਰੇਕ ਵਿਅਕਤੀ ਨੂੰ ਦਿੱਤਾ ਜਾਵੇ ਅਤੇ ਉਸ ਤੋਂ ਬਾਅਦ ਫਿਰ 15 ਕਿਲੋ ਦੀ ਸਕੀਮ ਆਈ ਸੀ ਪੰਜਾਬ ਗੌਰਮੈਂਟ ਦੀ ਕਿ ਹਰੇਕ ਵਿਅਕਤੀ ਨੂੰ 15 ਕਿਲੋ ਅਨਾਜ ਦਿੱਤਾ ਜਾਵੇ ਅਤੇ ਇਹ ਦੋਨੇ ਸਕੀਮਾਂ ਆਪਣੇ ਪਿੰਡ ਵਿੱਚ ਆਈਆਂ ਜੀ ਮਿਲੀਆਂ ਲੋਕਾਂ ਨੂੰ? ਹਾਂਜੀ ਮਿਲੀਆਂ ਜੀ, ਮਿਲੀਆਂ ਉਹਨਾਂ ਨੂੰ ਜਿਨ੍ਹਾਂ ਦਾ ਕਾਰਡ ਬਣੇ ਹੋਣ, ਜਿਨ੍ਹਾਂ ਦੇ ਕਾਰਡ ਬਣੇ ਅਤੇ ਜਿਨ੍ਹਾਂ 'ਚ ਨਹੀਂ ਸੀ ਕਾਰਡ ਹੈਗੇ ਉਹਨਾਂ ਨੂੰ ਨਹੀਂ ਮਿਲੀ, ਉਹਨਾਂ ਨੂੰ ਨਹੀਂ ਮਿਲੀ ਅਤੇ ਉਹ ਲੋੜਵੰਦ ਪਰਿਵਾਰ ਹੈਗੇ ਸੀ। ਫਿਰ ਉਹਨਾਂ ਨੂੰ ਸਰ ਕਿੱਦਾਂ ਫਿਰ ਕਿੱਦਾਂ ਉਹਨਾਂ ਦਾ ਕਿੱਦਾਂ ਸਰਿਆ ਕਿੱਦਾਂ ਟਾਈਮ ਪਾਸ ਹੋਇਆ ਆਪਣੇ ਕੋਲੋਂ ਦਿੱਤਾ ਉਹਨਾਂ ਨੂੰ ਤੁਸੀਂ? ਉਹਨਾਂ ਨੂੰ ਚਲੋ ਜਿੰਨੇ ਜੋਗੇ ਅਸੀਂ ਅਸੀਂ ਕਰਦੇ ਰਹੇ ਹਾਂ। ਅੱਛਾ ਜੀ, ਬਾਕੀ ਸਰਪੰਚ ਦੂਜੇ ਵੀ ਕਰਦੇ ਰਹੇ ਆ। ਠੀਕ ਹੈ ਜੀ, ਠੀਕ ਹੈ। ਅਤੇ ਇਸ ਤੋਂ ਇਲਾਵਾ ਸਰਪੰਚ ਸਾਹਿਬ ਆਪਣੇ ਜਿੱਦਾਂ ਕਿ ਪਿੰਡ ਵਿੱਚ ਹੁਣ ਆਪਾਂ ਗੰਦੇ ਪਾਣੀ ਦੇ ਨਿਕਾਸ ਬਾਰੇ ਗੱਲ ਕਰੀਏ ਅਤੇ ਗੰਦੇ ਪਾਣੀ ਦਾ ਨਿਕਾਸ ਕਿੱਦਾਂ ਆਪਣੇ ਪਿੰਡ ਦਾ? ਮੇਰਾ ਤਾਂ ਇਹ ਵਿਚਾਰ ਆ ਵੀ ਜੇ ਸੀਵਰੇਜ ਦਾ ਕੰਮ ਹੋ ਜਾਵੇ ਸਾਡੇ ਪਿੰਡ ਲਈ ਬਹੁਤ ਵਧੀਆ। ਅੱਛਾ ਜੀ, ਇਹਦਾ ਮਤਾ ਪਾਇਆ ਸਰ ਤੁਸੀਂ? ਪਾਇਆ ਮਤਾ? ਠੀਕ ਹੈ ਜੀ। ਅਤੇ ਉਹ ਕੀ ਕਹਿੰਦੇ ਨੇ ਮਤੇ ਬਾਰੇ? ਹਜੇ ਨਹੀਂ ਕੋਈ, ਹਾਲੇ ਕੋਈ ਗੱਲਬਾਤ ਨਹੀਂ ਹਾਲੇ ਦੱਸੀ, ਮਤਾ ਪਾਇਆ ਹਜੇ? ਠੀਕ ਹੈ। ਅਤੇ ਸਰ ਇਹ ਬਾਕੀ ਵਾਟਰ ਸਪਲਾਈ ਹੈ ਜੀ ਆਪਣੇ ਪਿੰਡ 'ਚ? ਅਤੇ ਆਉਂਦਾ ਪਾਣੀ ਲੋਕਾਂ ਦੇ ਘਰਾਂ 'ਚ? ਪਾਣੀ ਕਦੀ ਕਦੀ ਆਉਂਦਾ, ਰੋਜ਼ ਰੋਜ਼ਾਨਾ ਨਹੀਂ। ਰੋਜ਼ਾਨਾ ਨਹੀਂ ਆਉਂਦਾ, ਕਦੀ ਕਦੀ ਆਉਂਦਾ? ਹਾਂਜੀ। ਠੀਕ ਹੈ। ਅਤੇ ਸਰ ਇਸ ਤੋਂ ਇਲਾਵਾ ਜਿੱਦਾਂ ਕਿ ਮੰਨ ਲਓ ਪਿੰਡ 'ਚ ਕੋਈ ਜੰਜ ਘਰ ਜਾਂ ਪੰਚਾਇਤ ਘਰ ਹੁੰਦਾ ਉਹ ਹੈਗਾ ਜੀ? ਹੈਗਾ। ਅਤੇ ਉਹਦੀ ਹਾਲਤ ਠੀਕ ਹੈ? ਖਸਤਾ ਹਾਲਤ ਹੈ, ਮਤਲਬ ਕੋਈ ਵਰਤਦਾ ਨਹੀਂ? ਹਾਂਜੀ। ਅਤੇ ਕੋਈ ਪੰਚਾਇਤ ਘਰ? ਨਹੀਂ, ਪੰਚਾਇਤ ਘਰ ਨਹੀਂ, ਉਹ ਹੀ ਆ ਜੰਜ ਘਰ। ਉਹ ਹੀ ਆ। ਅਤੇ ਉੱਥੇ ਫਿਰ ਮੀਟਿੰਗ ਵਗੈਰਾ ਕਰਦੇ ਤੁਸੀਂ? ਬਹੁਤ ਜ਼ਰੂਰੀ ਹੈ ਸਰ। ਤੇ ਇਹਦਾ ਮਤਾ ਪਾ ਕੇ ਦੋ ਕਿ ਤੁਹਾਡਾ ਪੰਚਾਇਤ ਘਰ ਜਿਹੜਾ ਉਹ ਬਣਾਉਣਾ ਚਾਹੀਦਾ ਤੇ ਇਹਦਾ ਜੰਜ ਘਰ ਦਾ ਜਾਂ ਉਹਦਾ ਮਤਾ ਪਾ ਕੇ ਦੋ ਜੰਜ ਘਰ ਦਾ ਵੀ। ਤੇ ਅੱਛਾ ਸਰ ਇਹ ਤੁਸੀਂ ਮੈਨੂੰ ਆਪਣੇ ਜਿੱਦਾਂ ਕਿ ਇਹ ਸਟਰੀਟ ਲਾਈਟਾਂ ਪਿੰਡ ਵਿੱਚ ਲੱਗੀਆਂ ਹੁੰਦੀਆਂ, ਪਿੰਡ 'ਚ ਆਪਣੇ 'ਚ ਕਿੰਨੇ ਸਟਰੀਟ ਲਾਈਟਾਂ ਲੱਗੀਆਂ ਨੇ ਜਾਂ ਸੋਲਰ ਲਾਈਟਾਂ ਲੱਗੀਆਂ ਹੁਣ? ਸਾਡੀ ਪੰਚਾਇਤ 'ਚ ਤਾਂ ਕੋਈ ਨਹੀਂ ਗੀ। ਅੱਛਾ, ਤੁਹਾਨੂੰ ਜਿਹੜੀਆਂ ਕਿੰਨੀਆਂ ਲੱਗੀਆਂ ਨੇ ਸਟਰੀਟ ਲਾਈਟਾਂ? ਸਾਡੇ ਪੰਚਾਇਤ 'ਚ ਤਾਂ ਕੋਈ ਨਹੀਂ ਲੱਗੀ। ਤੁਹਾਡੇ ਪੰਚਾਇਤ 'ਚ ਕੋਈ ਨਹੀਂ ਲੱਗੀ ਜੀ, ਨਾ ਸਟਰੀਟ ਅਤੇ ਨਾ ਹੀ ਸੋਲਰ? ਹਾਂਜੀ। ਅਤੇ ਫਿਰ ਇਹਦਾ ਮਤਾ ਮੁਤਾ ਪਾਇਆ ਤੁਸੀਂ? ਮਤਾ ਹੀ ਮੰਗ ਕਰਦੇ, ਮਤਾ ਹੀ ਪਾਇਆ। ਤੇ ਕੋਈ ਜਵਾਬ ਨਹੀਂ ਆਇਆ ਜੀ? ਨਹੀਂ, ਹਾਲੇ ਤਾਂ ਕੋਈ ਨਹੀਂ ਕਿਹਾ ਇਹਦੇ ਬਾਰੇ ਦੱਸਿਆ ਤੁਹਾਨੂੰ? ਠੀਕ ਹੈ। ਤੇ ਸਰ ਇਸ ਤੋਂ ਇਲਾਵਾ ਜਿੱਦਾਂ ਕਿ ਪਿੰਡ ਦੇ ਵਿੱਚ ਆਪਣੇ ਸਕੂਲ ਕਿੰਨੇ ਨੇ? 2 ਸਕੂਲ ਨੇ, ਇੱਕ ਆਂਗਣਵਾੜੀ ਤੇ ਇੱਕ ਦੂਜਾ ਪ੍ਰਾਇਮਰੀ। ਪ੍ਰਾਇਮਰੀ ਤੇ ਆਂਗਣਵਾੜੀ? ਅੱਛਾ ਜੀ। ਤੇ ਇਹ ਆਪਣੇ
थापड़ मॉडल जिहड़ी स्कीम आई है अपना पिंड दा है छप्पड़ जिहड़ा है वह है थापड़ मॉडल स्कीम दे विच अपने पिंड दा है नहीं छप्पड़ जी ये थापड़ मॉडल स्कीम क्यों जी पता नहीं मतलब असीं पहला सफाई कराई आ उहो ही अजे पैसे नहीं लथन दे अच्छा वह तो गौरमेंट ने देने है ना मैं देने तो गौरमेंट ने पर अजे भी उन्होंने बकाया तुरै आन दिया साडे वल हां जिन्हां ने सफाई की हां ਤੇ ਉਹ ਲੇਬਰਾਂ ਤੇ ਪੈ ਗਈਆਂ ਨੇ ਜੀ ਲੇਬਰਾਂ ਦੇ ਪੈਸੇ ਤੇ ਮਿਲ ਗਏ ਹਾਂਜੀ ਤੇ ਲੇਬਰਾਂ ਦੇ ਪੈਸੇ ਦੇ ਦਿੱਤੇ ਨੇ ਗੌਰਮੈਂਟ ਨੇ ਉਹ ਉਹਨਾਂ ਦੇ ਅਕਾਊਂਟ 'ਚ ਪੈ ਜਾਂਦੇ ਨੇ ਹਾਂਜੀ ਉਹਨਾਂ ਦੇ ਅਕਾਊਂਟ 'ਚ ਹਾਂਜੀ ਹਾਂਜੀ ਤੇ ਪੈਸੇ ਜ਼ਿਆਦਾ ਲੱਗੇ ਨਾ ਪੈਸੇ 5 ਲੱਖ ਦੇ ਕਰੀਬ ਲੱਗਾ ਵਾ ਛੱਪੜ ਦੀ ਸਫਾਈ ਕਰਾਉਣਾ ਅੱਛਾ ਜੀ ਠੀਕ ਹੈ ਤੇ ਇਹ ਆਪਣਾ ਤੁਸੀਂ ਕਿਸੇ ਨੂੰ ਕਿਹਾ ਨਹੀਂ ਇਹਦੇ ਬਾਰੇ ਕਿ ਆਪਣਾ ਥਾਪੜ ਮਾਡਲ ਦੀ ਸਕੀਮ 'ਚ ਪਾਉਣ ਲਈ ਜਾਂ ਇਹਦਾ ਮਤਾ ਪਾਇਆ ਹੋਵੇ ਜਾਂ ਵੀਡੀਓ ਦੱਸਣ ਦਾ ਹੀ ਮੈਨੂੰ ਗੱਲਬਾਤ ਕਰੀ ਦੀ ਤੇ ਕੀ ਕਹਿੰਦੇ ਨੇ ਜੀ ਉਹ ਕਹਿੰਦੇ ਪਾ ਦਾਂਗੇ अपने पिंड दा तुसीं दसो ना कि साडे पिंड दा थापनाथपुर पिंड जिहड़ा कि डिस्ट्रिक गुरदासपुर दा पिंड है ਅਤੇ ਇਹ ਇਸ ਵਕਤ ਅਸੀਂ ਪੱਤੀ ਵਿਸ਼ਕਰਮਾ ਦੇ ਪੱਤੀ 'ਚੋਂ ਬੋਲ ਰਹੇ ਹਾਂ ਜਿੱਥੇ ਕਿ ਅਜੈਬ ਸਿੰਘ ਸਰਪੰਚ ਨੇ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਛੱਪੜ ਹੈ ਜਿਹੜਾ ਕਿ ਥਾਪੜ ਮਾਡਲ ਸਕੀਮ ਦੇ ਵਿੱਚ ਇਹਨਾਂ ਦੇ ਛੱਪੜ ਦਾ ਨਾਮ ਨਹੀਂ ਹੈਗਾ ਇਹ ਅਪੀਲ ਕਰਦੇ ਨੇ ਇਹਨਾਂ ਨੇ ਮਤੇ ਵੀ ਪਾਏ ਨੇ ਬੀ ਡੀ ਓ ਆਫਿਸ ਪਰ ਇਹਨਾਂ ਨੂੰ ਵਿਸ਼ਵਾਸ ਦਵਾਇਆ ਜਾਂਦਾ ਕਿ ਹਾਂ ਕੋਈ ਗੱਲ ਨਹੀਂ ਤੁਹਾਡੇ ਮਤੇ ਤੁਹਾਡਾ ਪਿੰਡ ਜਿਹੜਾ ਥਾਪੜ ਮਾਡਲ 'ਚ ਪਾ ਦਿੱਤਾ ਜਾਏਗਾ ਅਤੇ ਪਰ ਹਾਲੇ ਤੱਕ ਕੋਈ ਵੀ ਇਹਨਾਂ ਨੂੰ ਇਸ ਗੱਲ ਦਾ ਪਤਾ ਸੁਰ ਨਹੀਂ ਲੱਗਾ ਨਾ ਇਹਨਾਂ ਦੇ ਇੱਥੇ ਕੋਈ ਦੇਖਣ ਆਇਆ ਇਹ ਛੱਪੜ ਨੂੰ ਕਿ ਇਹ ਛੱਪੜ ਹੈ ਅਤੇ ਇੱਥੇ ਇੱਥੇ ਖੂਹੀਆਂ ਬਣ ਗਈਆਂ ਇੱਥੇ ਆਹ ਬਣੇਗਾ ਅਤੇ ਇਸ ਕਰਕੇ ਇਹ ਅਪੀਲ ਕਰਦੇ ਨੇ ਅਤੇ ਇਹ ਚਾਹੁੰਦੇ ਨੇ ਕਿ ਇਹਨਾਂ ਦੇ ਪਿੰਡ ਦਾ ਜਿਹੜਾ ਛੱਪੜ ਹੈ ਉਸ ਥਾਪੜ ਮਾਡਲ ਦੇ ਵਿੱਚ ਆਉਣਾ ਚਾਹੀਦਾ ਹੈ ਇਹ ਸਾਡੇ ਚੈਨਲ ਦੇ ਰਾਹੀਂ ਅਪੀਲ ਕਰ ਰਹੇ ਨੇ ਸਰਕਾਰ ਅੱਗੇ ਵੀ ਅਤੇ ਸੰਤ ਸੀਚੇਵਾਲ ਜੀ ਅੱਗੇ ਵੀ ਕਿ ਇਹ ਜਿਹੜਾ ਮਾਡਲ ਹੈ ਇਹਨਾਂ ਦੇ ਪਿੰਡ ਨੂੰ ਇਹਨਾਂ ਦੇ ਪਿੰਡ ਦੇ ਛੱਪੜ ਨੂੰ ਇੱਕ ਥਾਪੜ ਮਾਡਲ ਦੀ ਸਕੀਮ 'ਚ ਲਿਆਂਦਾ ਜਾਵੇ ਤਾਂ ਕਿ ਇਹਨਾਂ ਦਾ ਜਿਹੜਾ ਪਿੰਡ ਦਾ ਕੁਛ ਵਿਕਾਸ ਹੋਰ ਹੋ ਸਕੇ ਅਤੇ ਹੋਰ ਸਰਪੰਚ ਸਾਹਿਬ ਆਪਣੇ ਪਿੰਡ ਦੇ ਵਿੱਚ ਕੋਈ ਆਪਣੇ ਜਿੱਦਾਂ ਕਿ ਗਰਾਊਂਡ ਜਾਂ ਪਾਰਕ ਹੈ ਕੋਈ ਨਹੀਂ ਗਰਾਊਂਡ ਵੀ ਹੈ ਨਹੀਂ ਪਾਰਕ ਵੀ ਹੈ ਨਹੀਂ ਉਹ ਤਾਂ ਤੁਹਾਡੇ ਸਾਰੀਆਂ ਇਕੱਠੇ ਹੋਣੇ ਨਾ ਇੱਕੋ ਹੀ ਨਾਥਪੁਰ ਦੀ ਤੁਹਾਡੀਆਂ ਸ਼ਮਸ਼ਾਨ ਘਾਟ ਵੀ ਹਾਂਜੀ ਹਾਂਜੀ ਸ਼ਮਸ਼ਾਨ ਘਾਟ ਵੀ ਇੱਕੋ ਹੀ ਆ ਗੁਰਦੁਆਰਾ ਸਾਹਿਬ ਵੀ ਇੱਕੋ ਹੀ ਆ ਅੱਛਾ ਜੀ ਠੀਕ ਹੈ ਅਤੇ ਅੱਛਾ ਸਰਪੰਚ ਸਾਹਿਬ ਆਪਾਂ ਜਿਹੜੇ ਹੁਣ ਤੁਸੀਂ ਗਲੀਆਂ ਨਾਲੀਆਂ ਦਾ ਕੰਮ ਤੁਹਾਡਾ ਇਹ ਕਿੱਦਾਂ ਹੈ ਗਲੀਆਂ ਨਾਲੀਆਂ ਦਾ ਕੰਮ ਚੱਲਣ ਡਿਆ ਚੱਲਣ ਡਿਆ ਹੁਣ ਚੱਲਦੇ ਆ ਕੰਮ ਇਸ ਵੇਲੇ ਬੰਦ ਆ ਹੁਣ ਅਸੀਂ ਮਤਲਬ ਲਾਗੇ ਸਾਡੇ ਕੰਮ ਮਤਲਬ ਅੱਜ ਬੰਦ ਆ ਅੱਜ ਬੰਦ ਅਤੇ ਮਤਲਬ ਤੱਕ ਮੈਨੂੰ ਸ਼ੁਰੂ ਕਰਵਾਓਗੇ ਠੀਕ ਹੈ ਅਤੇ ਆਪਾਂ ਇਹ ਦੇਖ ਸਕਦੇ ਹਾਂ ਜਿਹੜਾ ਤੁਸੀਂ ਕੰਮ ਕਰਵਾਇਆ ਜਾਂ ਜਿਹੜੇ ਹੈ ਜੀ ਹਾਂਜੀ ਅਤੇ ਦੇਖੀਏ ਜੀ ਚਲੋ ਚਲੋ ਜੀ ਆਓ ਜੀ ਆਪਾਂ ਹੁਣ ਨਾਥਪੁਰ ਪਿੰਡ ਜਿਹੜਾ ਕਿ ਪੱਤੀ ਵਿਸ਼ਕਰਮਾ ਦੇ ਆਪਾਂ ਉਹ ਪੱਤੀ ਦੇ ਪਿੰਡ ਦੇ ਜਿਹੜੇ ਕੰਮ ਨੇ ਉਹ ਦੇਖਦੇ ਹਾਂ ਅਤੇ ਆਓ ਪਿੰਡ ਨੂੰ ਚੱਲਦੇ ਹਾਂ ਆਓ ਪਿੰਡ ਚੱਲੀਏ ਅਤੇ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਇਸ ਵਕਤ ਪਿੰਡ ਨਾਥਪੁਰ ਪੱਤੀ ਆਪਣਾ ਵਿਸ਼ਕਰਮਾ ਪੱਤੀ ਵਿਖੇ ਹਾਂ ਅਤੇ ਅਸੀਂ ਅਜੈਬ ਸਿੰਘ ਸਰਪੰਚ ਜੀ ਸਾਡੇ ਨਾਲ ਨੇ ਅਤੇ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਉਹਨਾਂ ਨੇ ਇਹ ਛੱਪੜ ਦੇ ਕੰਢੇ 'ਤੇ ਖੜ੍ਹੇ ਹਾਂ ਅਤੇ ਉਹਦੀ ਚਾਰ ਦੀਵਾਰੀ ਛੱਪੜ ਦੀ ਕੀਤੀ ਉਹਨਾਂ ਨੇ ਕੰਧ ਕੀਤੀ ਹੈ ਅਤੇ ਉਹਨਾਂ ਨੂੰ ਪੁੱਛਦੇ ਕਿ ਇਹਦੀ ਵਾਕਿਆ ਸਫਾਈ ਵੀ ਹੈ ਸਰਪੰਚ ਸਾਹਿਬ ਇਹ ਹੈ ਤੁਹਾਡੇ ਪਿੰਡ ਦਾ ਛੱਪੜ ਜੀ ਹਾਂਜੀ ਹਾਂਜੀ ਅਤੇ ਇਹਦੀ ਸਫਾਈ ਤੁਸੀਂ ਕਰਵਾਈ ਹੈ ਜੀ ਕਰਵਾਈ ਹੈ ਅਤੇ ਕਿੰਨੀ ਕੁ ਦੇਰ ਹੋ ਗਈ ਹੈ ਜੀ ਤੁਹਾਨੂੰ ਇਹਦੀ ਸਫਾਈ ਕਰਵਾਈ ਨੂੰ ਇਹ ਮਈ ਮਹੀਨੇ 'ਚ ਮਈ ਮਹੀਨੇ 'ਚ ਕਰਵਾਈ ਹੈ ਅਤੇ ਇਹ ਬੂਟੀ ਜੀ ਜਿਹੜੀ ਉੱਗੀ ਆ ਇਹ ਦੁਬਾਰਾ ਫਿਰ ਉੱਗੀ ਹੈ ਜੀ ਪਹਿਲਾਂ ਤਾਂ ਬਹੁਤ ਤਗੜਾ ਸੀ ਇੱਦਾਂ ਪੀਆ ਪਾਣੀ ਉਹ ਜਦੋਂ ਅੱਛਾ ਪਹਿਲਾਂ ਉੱਦਾਂ ਸੀ ਅਤੇ ਉਹ ਤੋਂ ਬਾਅਦ ਛੇਤੀ ਇਹ ਬੂਟੀ ਬਣੀ ਮੁੜ ਕੇ ਕਾਇਮ ਹੋ ਗਈ ਖੇਤੀ ਮਤਲਬ ਬਾਅਦ 'ਚ ਜਲਦੀ ਹੋ ਗਈ ਹੈ ਠੀਕ ਹੈ ਜੀ ਅਤੇ ਇਹ ਮਤਲਬ ਇਹ ਛੱਪੜ ਨੂੰ ਚਾਹੁੰਦੇ ਤੁਸੀਂ ਕਿ ਥਾਪੜ ਮਾਡਲ ਸਕੀਮ ਤੁਹਾਡਾ ਛੱਪੜ ਹਾਂ ਕਾਫੀ ਵੱਡਾ ਛੱਪੜ ਹੈ ਤੁਹਾਡਾ ਇੱਕ ਏਕੜ ਦੇ ਕਰੀਬ ਹਾਂਜੀ ਇਹ ਕਾਫੀ ਵੱਡਾ ਹੈ ਅਤੇ ਇਹ ਸਰ ਆ ਵੀ ਹੈ ਤੁਹਾਡੀ ਇੱਥੇ ਕੁਈਆਂ ਕਈਆਂ ਬਣਾਉਣ ਦੀ ਜਗ੍ਹਾ ਵੀ ਹੈਗੀ ਹੈ ਅਤੇ ਆ ਵੀ ਸਕਦਾ ਇਹ ਥਾਪੜ ਮਾਡਲ ਸਕੀਮ ਦੇ ਵਿੱਚ ਆਉਣ ਦੇ ਯੋਗ ਹੈਗਾ ਵਾ ਅਤੇ ਤੁਹਾਡੀ ਅਪੀਲ ਜਿਹੜੀ ਅਸੀਂ ਆਪ ਵੀ ਖੁਦ ਵੀ ਕੀਤੀ ਹੈ ਤੁਸੀਂ ਵੀ ਕੀਤੀ ਹੈ ਅਤੇ ਬਣਵਾਈ ਹੈ ਇਹ ਕਿਹੜੀ ਬਣਵਾਈ ਹੈ ਹਾਂਜੀ 14 ਫੁੱਟ ਚੌੜੀ ਹੈ ਅਤੇ 400 ਫੁੱਟ ਦੇ ਕਰੀਬ ਅੱਛਾ 14 ਫੁੱਟ ਚੌੜੀ ਹੈ ਅਤੇ 400 ਫੁੱਟ ਲੰਬੀ ਹੈ ਇਹ ਅਜੇ ਤੱਕ ਸਰ ਕਿਸੇ ਨੇ ਨਹੀਂ ਬਣਵਾਈ ਜੀ ਪਹਿਲਾਂ ਨਹੀਂ ਬਣੀ ਪਹਿਲਾਂ ਨਹੀਂ ਬਣੀ ਇਹ ਮਤਲਬ ਤੁਹਾਡੀ ਹੀ ਸਰਪੰਚੀ ਦੇ ਦੌਰਾਨ ਤੁਸੀਂ ਬਣਵਾਈ ਹੈ ਅਤੇ ਅਜੇ ਤੱਕ ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਅਤੇ ਇਹ ਸਰ ਇਸ ਤੋਂ ਇਲਾਵਾ ਹੋਰ ਕਿੰਨੀਆਂ ਗਲੀਆਂ ਬਣਾਈਆਂ ਤੁਸੀਂ ਇਹ ਕਹਿ ਗਲੀ ਹੈ ਜਿਹੜੀ ਬਣਾਈ ਤੁਸੀਂ ਠੀਕ ਹੈ ਜੀ
एक है गली है जी जी बनाई सरपंच साहब ने अपनी सरपंची के दौरान अपना खुला करके फिर जी इथे छप्पड़ विच पानी फसूगा ठीक है ते सर होर आपां मतलब कि जिद्दां ये तुसीं दस रहे जे ते पानी नहीं सर रोकदा जी घरां दे विच जां गलियां च गलियां च पानी बहुत रोकदा सी तदे अग पुटना पिया अच्छा तां ही पुटना पिया ठीक है जी ठीक है इधरों मैम इधर लो अपना गली है जी पक्की गली है ना आ नाली कराई यह नालियां सरपंच साहब ने उच्चियां करवाइया हुई ने देखो पर लोगों ने ये फिर भी गंद सुटिया हुआ है ये लोगों को आप चाहिए है कि जो लिफाफे ने यह ना सुटन ये सरपंच साहब ने नहीं चुकने आन के सरपंच साहब का काम है कि उन्होंने सिर्फ अपने गलियां बनाइया या नालियां बनाइया ने पक्कियां किड्डियां सोहनिया नालियां बनवाइया ने जेकर इदा ही लिफाफे या गंद होर सुटन के फिर पहला जिदा हाल होगा इन्हों का उही हाल फिर हो जाएगा तो जिदा दोष फिर सरपंच साहब को दिता जाएगा पर नहीं उन्होंने बनवा के देतिया ने अगों लागे जोड़े घर वाले ने उन्हों फर्ज बनता है कि अपने घर के लागे सफाई रखन ये सरपंच साहब एक है गली है जी बनाई तुम ये लगती मेन ही गली है मेन गली है सारे पिंड जोड़ती है तो ये भी गली है जी ये मेन गली है जी कि पूरे पिंड जोड़ती है ये देखो इंटरलॉक टायर लगी है सरपंच साहब ने अपनी सरपंची के दौरान बनाई हुई है ये पहला गली जी कि अजे तक किसी ने गली नहीं सी बनाई ये सरपंच साहब ने अपनी ही सरपंची के दौरान बनाई हुई है चलो सरपंच जिदा किसी तुम दस कि असी इस वक्त पिंड नाथपुर तो उतों की बस्ती विश्वकर्मा बाबा विश्वकर्मा जी विखे असी सरपंच साहब जय सिंह जी के नाल उन्होंने निवास स्थान तो उन्होंने असी पिंड देखा जोड़े जोड़े उन्होंने काम उन्होंने करवाए ने असी वह भी देखे है तो जोड़े हुण होने वाले काम ने वह भी देखे है तो असी खुद सरकार अगे अपील करते हैं कि इन्हां दे पिंड दा जिहड़ा नाला है वह थापड़ मॉडल स्कीम दे विच लिआंदा जावे क्योंकि नाला छप्पड़ है जिहड़ा इन्हां दे पिंड दा वह बहुत वड्डा छप्पड़ है वह एक थापड़ मॉडल स्कीम च आउण दे योग है तो उहनूं वाकया ही थापड़ मॉडल स्कीम दे विच लिआउणा चाहीदा है तो ये असी अपने चैनल वालों भी सरकार अगे अपील करते हैं तो इन्हां दे पिंड दा जिहड़ा छप्पड़ है वह थापड़ मॉडल स्कीम दे विच लिआ मतलब कि लिआंदा जावे जां लिआउण दे योग है ਸ਼ਮਸ਼ਾਨ ਘਾਟ ਦੇ ਆ ਉਹ ਤੇ ਚਲੋ ਇੱਟਾਂ ਪਈਆਂ ਨੇ ਉੱਥੇ ਤੇ ਉੱਥੇ ਹੋਣ ਨਹੀਂ ਦੇਣ ਦਾ ਕੰਮ ਤੁਹਾਡੇ ਦੋਨਾਂ ਪਿੰਡਾਂ ਦੀਆਂ ਸਾਂਝੀਆਂ ਨੇ ਸ਼ਮਸ਼ਾਨ ਘਾਟ ਉਹ ਤੇ ਸਕੂਲ ਵੀ ਹੈ ਤੁਹਾਡਾ ਉੱਥੇ ਵੀ ਸਾਰਾ ਹਾਲੇ ਕਹਿੰਦੇ ਕਿ ਸਿਰਫ ਰੰਗ ਹੋਇਆ ਹੈ ਬਾਕੀ ਅੰਦਰ ਐਲ ਸੀ ਡੀਆਂ ਵਗੈਰਾ ਲੱਗਣ ਵਾਲੀਆਂ ਨੇ ਅਤੇ ਇੱਦਾਂ ਦੇ ਜਿਹੜੇ ਮਤਲਬ ਕੰਮ ਨੇ ਸਰਕਾਰ ਤੁਹਾਨੂੰ ਗ੍ਰਾਂਟ ਦੇਵੇ ਅਤੇ ਤੁਸੀਂ ਉੱਥੇ ਜਿਹੜੇ ਆ ਕੰਮ ਆਪਣੇ ਜਿਹੜੇ ਆ ਪੂਰੇ ਕਰ ਸਕੋ ਅਧੂਰੇ ਕੰਮ ਪੂਰੇ ਕਰ ਸਕੋ ਠੀਕ ਹੈ ਜੀ ਅਤੇ ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਫੋਕਸ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ ਅਤੇ ਜਿੱਦਾਂ ਕਿ ਸਰਪੰਚ ਸਾਹਿਬ ਨੇ ਦੱਸਿਆ ਕਿ ਸਰਕਾਰ ਨੂੰ ਅਪੀਲ ਕਰਦੇ ਨੇ ਉਹ कि सरकार अगे कि यह वाकया ही सरकार उन्होंने ग्रांट दे तो वह अपने पिंड के अधूरे काम जोड़े ने उन्होंने पूरे कर इन्हों पिंड बहुत ही ऐसे अधूरे काम पे ने कि जोड़े अजे तक किसी ने किते नहीं इन्हों के पिंड की एक शमशान घाट है जिड़ी कि बहुत ही खस्ता हालत है तो वह बनाने के योग है उत्थे इट्टा भी इंटरलॉक पईआं ने ते ए दो तीन पिंडा दी शमशान घाट है जिहड़े दूसरा पिंड है नाथपुर उत्थों दे सरपंच साहब ने इट्टां सतवाइयां ने उत्थे पर उत्थे कोई शरारती अंसर जां ला लो कि सरकारां दे नाल मिल के जिहड़े शरारती अंसर ने ओह इह काम नूं रुकवा रहे ने ते जिहड़ियां इट्टां ने ओह उदां ही उत्थे पईआं ने मतलब काम नहीं होण देण डए ते लोकी जिहड़े ने कि लोग ओह इट्टां चुक चुक के उत्थे चोरी होण डीआं ने इट्टां तो वह इदा कर जेकर महीना ज दस दिन ज डेढ़ महीना इदा ही रह गई इट्टा तो उत्थे लगता है कि एक भी इट जी है वह दिखाई नहीं देगी इंटरलॉक वह सारिया ही लोग जड़िया ने चोरी करके लै जाएगी तो ये असी खुद अपील करते हैं
कि वाकया ही ये पिंडा दे वेते जिथे कि अकाली दल दे सरपंच ने ते ए उन्हां ना ना वितकरा कीता जावे उन्हां नूं भी ग्रांट दे के टाइम सिर ग्रांट देन तां कि वो अपने पिंड दे काम कराउण क्योंकि जिहड़े उन्हां ने काम कराउणे ने वो अपने वास्ते ते काम कराउंदे नहीं आ वो काम करा रहे ने पूरे पिंड वास्ते वो पिंड दा विकास हो रहा है उन्हां दे अपने घर दा विकास नहीं है ते वो विकास नूं रोकना नहीं चाहिए वो जरूर होना चाहिए है ते जेकर विकास नहीं हुंदा उहदा मुश्किल सरपंच नूं कल्ले नूं नहीं पूरे पिंड वासियां नूं ही मुश्किल हुंदी है। ते मैं कुलवंत सिंह ढिल्लों पंजाब फोकस चैनल तो देख रहे दर्शकों का बहुत बहुत धन्यवाद करता हाँ। धन्यवाद है जी, सत श्री अकाल।